ਭਾਈ ਗੁਰਦੇਵ ਸਿੰਘ ਜੀ ਹਜ਼ੂਰੀ ਰਾਖੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਖਾਲਸਾ ਕੌਂਸਲ ਗੁਰਮਤਿ ਚੈਰੀਟੇਬਲ ਟਰੱਸਟ ਸ੍ਰੀ ਅੰਮ੍ਰਿਤਸਰ ਵੱਲੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਦੂਸਰੀ ਗੁਰੂ ਸ਼ਬਦ ਯਾਤਰਾ ਜੋ ਕਿ 25 ਅਪ੍ਰੈਲ ਤੋਂ ਆਰੰਭ ਹੋਈ 31 ਮਈ ਤੱਕ ਚੱਲਣੀ ਹੈ। ਇਸ ਲੜੀ ਤਹਿਤ ਇਹ ਯਾਤਰਾ ਰੇਵਾੜੀ ਵਿਖੇ ਪਹੁੰਚੀ, ਜਿਸ ਦਾ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਕੀਰਤਨ ਦੀਵਾਨ ਸਜਾਏ ਗਏ, ਜਿਸ ਦਾ ਸੰਗਤਾਂ ਆਨੰਦ ਮਾਣਿਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਜਥਿਆਂ ਦਾ ਧੰਨਵਾਦ ਕੀਤਾ ਗਿਆ। ਅੱਜ ਇਹ ਯਾਤਰਾ ਅਕੋਲਾ ਪਹੁੰਚ ਰਹੀ ਹੈ।